ਸਮਾਨ ਸਾਡਾ ਇਕੱਠਾ ਸੀ ਤੇ ਸਾਲ ਸਾਨੂੰ ਉੱਥੇ ਲੜਦੇ ਕੇਂਦਰ ਦੀ ਸਰਕਾਰ ਦਾ ਹੋ ਗਿਆ। ਅਸੀਂ ਆਉਣਾ ਚਾਹੁੰਦੇ ਸੀ ਪਰ ਜਥੇਬੰਦੀਆਂ ਦਾ ਹੁਕਮ ਸੀਗਾ ਕਿ ਕੋਈ ਵੀ ਸਿਆਸੀ ਪਾਰਟੀ ਸਾਡੇ ਹਜੇ ਆਵੇ ਨਾ ਤੇ ਅਸੀਂ ਉਹਨੂੰ, ਹਾਲਾਂਕਿ ਸਾਡਾ ਤਾਂ ਪਰਿਵਾਰਕ ਸਾਂਝ ਹੈ, ਪਿੰਡਾਂ ਸਾਡੀ ਪਰਿਵਾਰਕ ਸਾਂਝ ਹੈ, ਬਟ ਕਿਉਂਕਿ ਠੀਕ ਇੱਕ ਸਿਆਸੀ ਰੂਪ ਵੀ ਹੈ, ਆਪਾਂ ਸਾਰੇ ਸਿਆਸੀ ਜੀਵਨ ਵੀ ਜਿਉਂਦੇ ਹਾਂ ਤੇ ਜੋ ਜਥੇਬੰਦੀ ਦਾ ਹੁਕਮ ਹੋਇਆ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੰਨਿਆ, ਸਾਡੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਮੰਨਿਆ ਤੇ ਉਹਨੂੰ ਮੁੱਖ ਰੱਖ ਕੇ ਅਸੀਂ ਆਪਣੇ ਆਪ ਨੂੰ ਪਿੱਛੇ ਰੱਖਿਆ ਤਾਂ ਜੋ ਜਿਹੜੀ ਲੜਾਈ ਹੈ ਕੇਂਦਰ ਸਰਕਾਰ ਨਾਲ ਸਾਡੀ ਜਥੇਬੰਦੀਆਂ ਕਹਾਂ ਮੌਕੇ ਲੜਨੀਆਂ ਸੀਗੀਆਂ, ਅਸੀਂ ਪਿੱਛੇ ਹੋ ਕੇ ਲੜੀਏ। ਸਾਲ ਡੇਢ ਸਾਲ ਸਾਡਾ ਉਹਦੇ 'ਚ ਲੱਗਿਆ। ਹੁਣ ਪਿੱਛੇ ਜੇ ਹੁਕਮ ਹੋਇਆ ਸੀ ਸਿਰਫ ਕਿਸਾਨ ਮੋਰਚੇ ਦਾ ਕਿ ਬੀਜੇਪੀ ਮੋਦੀ ਸਰਕਾਰ ਦੇ ਨੁਮਾਇੰਦੇ ਨਹੀਂ ਆਉਣਗੇ, ਬਾਕੀ ਸਾਰੇ ਆਉਣਗੇ। ਸੋ ਮੇਰੀ ਬੇਨਤੀ ਹੈ, ਆਪਾਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਲੋਕ ਹੈ, ਅਸੀਂ ਸੰਯੁਕਤ ਕਿਸਾਨ ਮੋਰਚੇ ਨਾਲ ਹੈ। ਜੋ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ 3 ਦਿਨ ਲਾ ਕੇ ਸਾਰੇ ਪੰਜਾਬ ਦਾ ਦੌਰਾ ਕੀਤਾ, ਕਰ ਲਈ ਮਾੜੀ ਮੋਟੀ ਪੋਲੀਟੀਕਲ ਗੱਲ, ਜੋ ਸੋ ਸਾਡਾ ਸਾਨੂੰ ਮਾਣ ਹੈ ਰਾਹੁਲ ਜੀ 'ਤੇ। ਅਸੀਂ 7 ਜਣਿਆਂ ਨੇ ਪੰਜਾਬ ਮੰਡੀ ਬੋਰਡ ਦੇ ਬਾਹਰ ਅਸੀਂ 7 ਮੁੰਡੇ ਇਕੱਠੇ ਹੋ ਕੇ, ਅਗਸਤ ਦੀ ਗੱਲ ਹੈ ਪਿਛਲੇ ਸਾਲ ਦੀ ਜਦੋਂ ਧਰਨੇ ਸ਼ੁਰੂ ਨਹੀਂ ਸੀ ਹੋਏ, ਅਸੀਂ 7 ਜਣਿਆਂ ਨੇ ਲਾਮਬੰਦ ਕੀਤਾ ਯੂਥ ਕਾਂਗਰਸ ਦਿਆਂ ਨੇ ਕਿ ਵੀ ਆਹ ਜਿਹੜੇ 3 ਕਾਨੂੰਨ ਪਾਸ ਹੋਣ ਜਾ ਰਹੇ ਨੇ ਹਜੇ ਹੋਏ ਨਹੀਂ ਸੀ, ਉਹਨਾਂ ਨੂੰ ਨਾ ਪਾਸ ਹੁੰਦੀ ਹੈ। ਪਰ ਉਦੋਂ ਤੋਂ ਸਾਡੀ ਲੜਾਈ ਚੱਲੀ, ਅਸੀਂ ਧੱਕਾ ਪਿੱਛੋਂ ਲਾਇਆ, ਮੁੜ ਕੇ ਸਿਆਸੀ ਹਾਲਾਤ ਵੀ ਬਦਲੇ, ਕਿਸਾਨੀ ਜਥੇਬੰਦੀਆਂ ਦੀ ਆਪਣੀ ਸੋਚ ਬਣੀ ਅਤੇ ਹੁਣ ਵੀ ਕਈ ਵਾਰ ਕਿਤੇ ਨਾ ਕਿਤੇ ਕੁਛ ਨਾ ਕੁਛ ਸਾਨੂੰ ਘਟਨਾਵਾਂ ਸੁਣਨ ਨੂੰ ਮਿਲਦੀਆਂ ਨੇ। ਪਰ ਮੇਰੀ ਇੱਕੋ ਇੱਕ ਬੇਨਤੀ ਹੈ, ਆਪਣੀ ਜ਼ਿੰਮੇਵਾਰੀ, ਆਪਾਂ ਸਰਕਾਰ 'ਚ ਹਾਂ, ਆਪਾਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਹਾਂ, ਆਪਣੀ ਜ਼ਿੰਮੇਵਾਰੀ ਸਮਾਜ ਇਕੱਠਾ ਰਹਿਣਾ ਚਾਹੀਦਾ ਹੈ। ਰਣਵੀਰ ਜੀ ਸਾਰੇ ਪਿੰਡਾਂ ਨੇ ਬੁਲਾਏ ਨੇ, 4-5 ਪਿੰਡ ਜਿਹੜੇ ਆਪਣੇ, ਠੀਕ ਹੈ, ਇਹ ਆਪਣੇ ਮੈਨੇਜਰ ਸਾਹਿਬ ਨੇ ਰੋਟੇ ਤੋਂ ਉਸ ਸਟੇਸ਼ਨ ਗੁਰਦੁਆਰਾ ਮੈਨੇਜਰ ਸਾਹਿਬ ਪ੍ਰਧਾਨ, ਉਹ ਤਾਂ ਥੱਲੇ ਲਿਖ ਕੇ ਸਾਰੀਆਂ ਇਲਾਕੇ ਦੀਆਂ ਆਪਣੇ ਖੇਤਾਂ ਕਾਂਗਰਸ ਪਾਰਟੀ ਦੇ ਸਾਡੇ ਸਾਰੇ ਵਰਕਰਾਂ ਨਾਲ, ਅਸੀਂ ਪਰਿਵਾਰ ਨਾਲ ਚੈੱਕ ਨਹੀਂ ਸੈਂਕਸ਼ਨ ਲੈਟਰ ਦਿੱਤਾ, ਵੀਡੀਓ ਸਾਹਿਬ ਆਏ ਨੇ, ਬੜੀ ਖੁਸ਼ੀ ਦਾ ਮਾਹੌਲ ਹੈ। ਇਹਨਾਂ ਦੀ 45 ਲੱਖ ਦੀ ਜਿਹੜੀ ਲਾਗਤ ਨਾਲ ਸਟੇਡੀਅਮ ਬਣਨਾ, ਸ਼ਮਸ਼ਾਨ ਘਾਟ ਦਾ ਕੰਮ ਹੋਣ ਵਾਲਾ, ਇੱਕ ਕਮਿਊਨਿਟੀ ਸੈਂਟਰ ਜਿਹੜਾ ਮਿਨੀ ਪੈਲੇਸ, ਗਰੀਬ ਗੁਰਬਾ ਜਿਹੜਾ ਅਫੋਰਡ ਨਹੀਂ ਕਰ ਸਕਦਾ, ਕਿਸੇ ਦਾ ਵਿਆਹ ਹੈ, ਕੋਈ ਹੋਰ ਪ੍ਰੋਗਰਾਮ ਹੈ ਸਾਂਝਾ, ਉਹਨੂੰ ਫਰੀ ਆਫ ਕੋਸਟ ਜਾਂ ਜੋ ਵੀ ਪੰਚਾਇਤ ਫੈਸਲਾ ਕਰੂਗੀ ਉਹਨਾਂ ਵਾਸਤੇ ਅਸੀਂ 15 ਲੱਖ। ਪੰਜਾਬ ਸਰਕਾਰ ਨੇ ਹੀ ਮਦਦ ਕੀਤੀ ਹੈ, ਹੋਰ ਕਿਹੜੀ ਸਰਕਾਰ ਨੇ ਮਦਦ ਕੀਤੀ ਹੈ? ਜਿੰਨੇ ਸ਼ਹੀਦ ਹੋਏ ਨੇ ਵਾਢਣਾਂ 'ਤੇ, ਉਹਨਾਂ ਦੇ ਪਰਿਵਾਰਾਂ 'ਚ ਇੱਕ ਇੱਕ ਸਰਕਾਰੀ ਨੌਕਰੀ ਦਾ ਐਲਾਨ ਕੀਤਾ, 5-5 ਲੱਖ ਰੁਪਏ, ਹਾਲਾਂਕਿ ਕੰਪਨਸੇਸ਼ਨ ਕੋਈ ਹੈ ਨਹੀਂ, ਇੱਕ ਜੈਸਚਰ ਹੁੰਦਾ, ਉਹ ਜੈਸਚਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੈ। ਅਤੇ ਇੰਨੇ ਕਾਨੂੰਨ